ਨਮਸਕਾਰ ਖੁਸ਼ਾਮਦੀਦ ਤੁਸੀਂ ਦੇਖ ਰਹੇ ਹੋ ਗੱਲਾਂ ਤੇ ਗੀਤ ਬਚਪਨ ਇੱਕ 부ਜਾਰਤ ਹੈ ਪਤਾ ਨਹੀਂ ਇਹਦੇ ਵਿੱਚੋਂ ਕੀ ਨਿਕਲਣਾ ਹੈ ਹਰ ਇੱਕ ਇਨਸਾਨ ਦਾ ਬਚਪਨ ਵੱਖਰਾ ਔਰ ਜਦੋਂ ਵੀ ਅਸੀਂ ਕਿਸੇ ਇਨਸਾਨ ਨੂੰ ਦੇਖਦੇ ਹਾਂ ਕਿਸੇ ਵੱਡੇ ਇਨਸਾਨ ਨੂੰ ਦੇਖਦੇ ਹਾਂ ਅਸੀਂ ਕਹਿੰਦੇ ਯਾਰ ਅਜੀਬ ਜਿਹਾ ਬੰਦਾ ਲੱਗਦਾ ਹੈ ਕਈ ਵਾਰ ਅਸੀਂ ਕਹਿੰਦੇ ਬੜਾ ਖੁਸ਼ਮਿਜ਼ਾਜ ਹੈ ਸਾਰੀ ਕਹਾਣੀ ਉਹਦੇ ਬਚਪਨ ਦੀ ਹੈ ਕਿ ਉਹਦਾ ਬਚਪਨ ਕਿਸ ਤਰ੍ਹਾਂ ਦਾ ਬੀਤਿਆ ਉਨੂੰ ਬਚਪਨ ਵਿੱਚ ਕੀ ਕੁਝ ਮਿਲਿਆ ਉਹਨੇ ਕੀ ਕੁਝ ਸਹਿਨ ਕੀਤਾ ਦੁੱਖਾਂ ਚੋਂ ਨਿਕਲਿਆ ਹੈ ਸੁੱਖਾਂ ਚੋਂ ਨਿਕਲਿਆ ਹੈ ਪਰਿਵਾਰ ਦਾ ਵਾਤਾਵਰਣ ਕੀ ਸੀਗਾ ਆਲਾ ਦਵਾਲਾ ਕਿਹੋ ਜਿਹਾ ਸੀ ਸਾਰੀ ਕਹਾਣੀ ਬਚਪਨ ਤੇ ਹੈ ਸਾਡੇ ਸਾਹਮਣੇ ਸਾਡੇ ਮਹਾਪੁਰਖਾਂ ਦਾ ਬਚਪਨ ਹੈ ਉਹਨਾਂ ਦੇ ਬਚਪਨ ਦੇ ਕਈ ਕਿੱਸੇ ਕਈ ਕਹਾਣੀਆਂ ਨੇ ਗੁਰੂ ਸਹਿਬਾਨ ਦਾ ਬਚਪਨ ਹੈ ਦਸ਼ਮੇਸ਼ ਪਿਤਾ ਦੇ ਦੋ ਛੋਟੇ ਛੋਟੇ ਲਾਲਾਂ ਦਾ ਦੋ ਛੋਟੇ ਛੋਟੇ ਬੱਚਿਆਂ ਦਾ ਬਚਪਨ ਹੈ ਭਗਤ ਸਿੰਘ ਦਾ ਬਚਪਨ ਹੈ ਸਾਡੇ ਸਾਹਮਣੇ ਇਹ ਸਾਰੇ ਬਚਪਨ ਸਾਨੂੰ ਇਹ ਦਖਦੇ ਨੇ ਕਿ ਇਹ ਜਿਹੜੀ ਦਿੱਖ ਮਿਲੀ ਹੈ ਇਸ ਬਚਪਨ ਨੂੰ ਇਹ ਉਹਨਾਂ ਦੇ ਮਾਤਾ ਪਿਤਾ ਕਾਰਨ ਮਿਲੀ ਹੈ ਸੰਸਕਾਰ ਜੋ ਮਿਲੇ ਪਰਿਵਾਰ ਤੋਂ ਉਹੀ ਬਚਪਨ ਦੇ ਵਿੱਚ ਬੱਚੇ ਵਿੱਚ ਵਿਖਾਈ ਦਿੰਦੇ ਨੇ ਤੇ ਉਹੀ ਸੰਸਕਾਰ ساری ਉਮਰ ਸਾਡੇ ਨਾਲ ਚੱਲਦੇ ਨੇ ਔਰ ਇਹੀ ਹੈ ਬਾਲਮਨ ਬਾਲ ਮਨੋਵਿਗਿਆਨ ਜਿਸ ਦਾ ਗਹਿਰਾ ਅਸਰ ਹੈ ਬੱਚੇ ਦੇ ਦਿਮਾਗ ਤੇ ਦਿਲ ਤੇ ਇਸ ਬਾਰੇ ਗੱਲਬਾਤ ਕਰਨੀ ਹੈ ਅਸੀਂ ਇਸ ਗੱਲਬਾਤ ਵਿੱਚ ਆਪਣੇ ਬਚਪਨ ਨੂੰ ਵੀ ਖੋਖਾਂਗੇ ਕਿ ਅਸੀਂ ਸਾਰੇ ਜਾਣੇ ਜਿਹੋ ਜੇ ਹਾਂ ਕਿਉਂ ਹਾਂ ਇਹੋ ਜੇ ਇਹ ਵੀ ਗੱਲਬਾਤ ਦਾ ਨਤੀਜਾ ਜ਼ਰੂਰ ਨਿਕਲੇਗਾ ਤਾਂ ਸਾਡੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਲਵਲੀਨ ਚੋਪੜਾ ਜੀ ਮਨੋਵਿਗਿਆਨੀ ਨੇ ਮੋਟੀਵੇਸ਼ਨਲ ਸਪੀਕਰ ਨੇ ਤੇ ਨਾਲ ਲਿਖਣ ਦਾ ਸ਼ੌਕ ਵੀ ਹੈ ਕਵਿਤਾਵਾਂ ਲਿਖਦੇ ਨੇ ਕਵਿਤਰੀ ਨੇ ਸੋ ਮਨੋਵਿਗਿਆਨ ਨੂੰ ਤੁਸੀਂ ਜਾਣਦੇ ਹੋ ਤਾਂ ਜ਼ਾਹਿਰ ਤੌਰ ਤੇ ਤੁਸੀਂ ਮੋਟੀਵੇਸ਼ਨਲ ਸਪੀਕਰ ਵੀ ਹੋ ਕਵਿਤਰੀ ਵੀ ਹੋ ਕਿਉਂਕਿ ਮਨ ਨੂੰ ਸਮਝਦੇ ਹੋ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅਸੀਂ ਸਟੂਡੀਓਜ਼ ਦੇ ਵਿੱਚ ਧੰਨਵਾਦ ਔਰ ਸਾਡਾ ਮਨ ਵੀ ਬੜਾ ਖੁਸ਼ ਹੋਇਆ ਇਹ ਜਾਣ ਕੇ ਕਿ ਤੁਸੀਂ ਮਨ ਦੀਆਂ ਗੱਲਾਂ ਅੱਜ ਕਰਨੀਆਂ ਨੇ ਕਿਉਂਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਤਾਂ ਸਾਰੀ ਕਹਾਣੀ ਮਨ ਦੀ ਹੈ ਜਿੱਦਾਂ ਦਾ ਮਨ ਹੈ ਉਦਾਂ ਦਾ ਹੀ ਇਨਸਾਨ ਹੈ ਸੋ ਇਹ ਮਨ ਦੀ ਗੱਲ ਬਚਪਨ ਤੋਂ ਸ਼ੁਰੂ ਕਰਦੇ ਹਾਂ ਬਾਲ ਮਨ ਕੀ ਹੈ ਬਾਲ ਮਨੋਵਿਗਿਆਨ ਕੀ ਹੈ ਸੰਜੀਵ ਜੀ ਬਾਲ ਮਨੋਵਿਗਿਆਨ ਇਹ ਤਿੰਨ ਸ਼ਬਦਾਂ ਦਾ ਸੁਮੇਲ ਹੈ ਬਾਲ ਪਾ ਬੱਚਾ ਮਨੋ ਭਾਵ ਮਨ ਜੀ ਤੇ ਵਿਗਿਆਨ ਭਾਵ ਅਧਿਅਨ ਸੋ ਉਹ ਪੜ੍ਹਾਈ ਉਹ ਅਧਿਅਨ ਜਿਸ ਵਿੱਚ ਅਸੀਂ ਬੱਚੇ ਦੇ ਮਨ ਦੀ ਮਨ ਦੀਆਂ ਪਰਤਾਂ ਦੀ ਮਾਨਸਿਕ ਹਾਲਾਤਾਂ ਦੀ ਉਸ ਦੇ ਮਾਨਸਿਕ ਸਥਿਤੀ ਮਾਨਸਿਕ ਦਸ਼ਾ ਦੀ ਅਸੀਂ ਪੜ੍ਹਾਈ ਕਰਦੇ ਹਾਂ ਉਸ ਪੜ੍ਹਾਈ ਉਸ ਅਧਿਅਨ ਨੂੰ ਅਸੀਂ ਬਾਲ ਮਨੋਵਿਗਿਆਨ ਕਹਿੰਦੇ ਹਾਂ ਬਾਲ ਮਨੋਵਿਗਿਆਨ ਸਿਰਫ ਬੱਚੇ ਦੀ ਮਾਨਸਿਕ ਦਸ਼ਾ ਨੂੰ ਹੀ ਜਿਹੜਾ ਹੈ ਲੰਦਾ ਨਹੀਂ ਹੈ ਸੋ ਕੋ ਬੱਚੇ ਦਾ ਸ਼ਰੀਰਕ ਵਿਕਾਸ ਜੀ ਉਸ ਦਾ ਜਿਹੜਾ ਭਾਵਨਾਤਮਕ ਪੱਖ ਹੈ ਜਾਂ ਅਸੀਂ ਜ ਕਹ ਲਈਏ ਕਿ ਸਮਾਜਿਕ ਤੌਰ ਤੇ ਤੁਸੀਂ ਜਿਸ ਤਰ੍ਹਾਂ ਪਹਿਲੇ ਕਿਹਾ ਕਿ ਇੱਕ ਬੱਚਾ ਜਿਹੜਾ ਹੈ ਜੋ ਸਾਨੂੰ ਵੱਡੇ ਹੋ ਕੇ ਜਿਹੜੀ ਉਹਦੀ ਸ਼ਖਸੀਅਤ ਮਿਲੀ ਹੈ ਉਹ ਬਚਪਨ ਦੇ ਹੀ ਬੀਜ ਜਿਹੜੇ ਨੇ ਉਹਦੀਆਂ ਜੜਾ ਜਿਹੜੀਆਂ ਨੇ ਉਹ ਬਚਪਨ ਚ ਹੀ ਬੋਈਆਂ ਜਾਂਦੀਆਂ ਨੇ ਸੋ ਇੱਕ ਬੱਚੇ ਦਾ ਪੂਰੇ ਦਾ ਪੂਰਾ ਜਿਹੜਾ ਵਿਵਰਨ ਹੈ ਉਹ ਇਸ ਬਾਲ ਮਨੋਵਿਗਿਆਨ ਦੇ ਵਿੱਚ ਹੈ ਇੱਕ ਛੋਟੀ ਜੀ ਉਦਾਹਰਨ ਦੇ ਤੌਰ ਤੇ ਗੱਲ ਕਰਦੀ ਹਾਂ ਆਈਸਬਰਗ ਜਿਸ ਨੂੰ ਬਰਫ਼ ਦਾ ਪਹਾੜ ਕਿਹਾ ਜਾਂਦਾ ਹੈ ਇਹ ਬਰਫ਼ ਦਾ ਪਹਾੜ ਸਮੁੰਦਰ ਤਲ ਤੋਂ ਸਾਨੂੰ ਇੰਨਾ ਕੁ ਦਿਖਦਾ ਹੈ ਤੁਸੀਂ ਮੈਂ ਤੇ ਸਾਡੇ ਦਰਸ਼ਕਾਂ ਨੇ ਇਹ ਪਹਾੜ ਅਸਲ 'ਚ ਵੀ ਦੇਖਿਆ ਹੋ ਸਕਦਾ ਹੈ ਜਾਂ ਫਿਰ ਐਦਾਂ ਕਹਿ ਲਈਏ ਕਿ ਕਿਤਾਬਾਂ ਦੇ ਵਿੱਚ ਫੋਟੋਆਂ ਦੇ ਰੂਪ 'ਚ ਦੇਖਿਆ ਹੋ ਸਕਦਾ ਹੈ ਉਹ ਜਿਹੜੇ ਬਰਫ਼ ਦੇ ਪਹਾੜ ਦੀ ਟੁਕੜੀ ਸਾਨੂੰ ਦਿਖਦੀ ਹੈ ਉਹ ਸਿਰਫ 10% ਹੈ ਐਕਚੁਅਲੀ 90% ਜਿਹੜਾ ਉਹ ਪਹਾੜ ਹੈ ਉਹ ਸਮੁੰਦਰ ਤਲ ਤੋਂ ਥੱਲੇ ਹੈ ਤਾਂ ਮੇਰਾ ਜਿਹੜਾ ਬੱਚਾ ਹੈ ਉਹ ਬਰਫ਼ ਦਾ ਪਹਾੜੀ ਹੈ ਜੋ ਬੱਚਾ ਮੈਨੂੰ ਦਿਖਦਾ ਹੈ ਤੁਸੀਂ ਦਿਖਦੀ ਗੱਲ ਕੀਤੀ ਹੈ ਆਪਣੀ ਸਟਾਰਟ ਜਿਹੜੀ ਗੱਲਬਾਤ ਦੇ ਵਿੱਚ ਦਿਖ ਜਿਹੜੀ ਬੱਚੇ ਦੀ ਹੈ ਬੱਚੇ ਨੇ ਕਿਸ ਤਰ੍ਹਾਂ ਦਾ ਬੋਲਿਆ ਕਿਸ ਤਰ੍ਹਾਂ ਦਾ ਚੱਲਿਆ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਕਿਸ ਤਰ੍ਹਾਂ ਦਾ ਉਸਦਾ ਵਤੀਰਾ ਸੀ ਉਹ ਸਿਰਫ ਤੇ ਸਿਰਫ 10% ਹੈ 90% ਬੱਚਾ ਅੰਦਰੂਨੀ ਬੱਚਾ ਹੈ ਉਸ ਅੰਦਰੂਨੀ ਬੱਚੇ ਦੀਆਂ ਪਰਤਾਂ ਦੀ ਪੜਾਈ ਨੂੰ ਹੀ ਬਾਲ ਮਨੋਵਿਗਿਆਨ ਕਿਹਾ ਜਾਂਦਾ ਹੈ ਜੀ ਔਰ ਦਰਸ਼ਕਾਂ ਨੂੰ ਗੁਜ਼ਾਰਿਸ਼ ਹੈ ਕਿ ਧਿਆਨ ਨਾਲ ਜਰਾ ਸੁਣੋ ساری ਗੱਲ ਕਿਉਂਕਿ ਲਵਲਿੰਗ ਜੀ ਅੱਜ ਮਨ ਦੀ ਗੱਲ ਕਰ ਰਹੇ ਨੇ ਔਰ ਸਾਨੂੰ ਸਾਰਿਆਂ ਨੂੰ ਮੌਕਾ ਮਿਲਿਆ ਕਿ ਅਸੀਂ ਆਪਣੇ ਬਚਪਨ ਨੂੰ ਜਾਣ ਸਕੀਏ ਔਰ ਉਸ ਬਚਪਨ ਵਿੱਚੋਂ ਜੋ ਸਾਡੀ ਪਰਸਨੈਲਿਟੀ ਸਾਹਮਣੇ ਆਈ ਹੈ ਅੱਜ ਜਿਸ ਤਰ੍ਹਾਂ ਅਸੀਂ ਵਿਚਰ ਰਹੇ ਹਾਂ ਸਮਾਜ ਦੇ ਵਿੱਚ ਸਾਨੂੰ ਸਭ ਪਤਾ ਚੱਲੇ ਤਾਂ ਕਿ ਅਸੀਂ ਉਹਦੇ ਵਿੱਚ ਜਿੱਥੇ ਸੁਧਾਰ ਦੀ ਲੋੜ ਹੈ ਸੁਧਾਰ ਕਰ ਸਕੀਏ ਕਹਿੰਦੇ ਨੇ ਕਿ ਮਨ ਜੋ ਹੈ ਮਨ ਹੀ ਈਸ਼ਵਰ ਹੈ ਮਨ ਹੀ ਦੇਵਤਾ ਹੈ ਮਨ ਤੋਂ ਵੱਡਾ ਕੋਈ ਨਹੀਂ ਹੈ ਔਰ ਜਦੋਂ ਮਨ ਦੇ ਵਿੱਚ ਪ੍ਰਕਾਸ਼ ਹੁੰਦਾ ਹੈ ਉਦੋਂ ਤੁਸੀਂ ਸਾਰੇ ਸੰਸਾਰ ਦੇ ਵਿੱਚ ਪ੍ਰਕਾਸ਼ ਪੈਦਾ ਕਰ ਦਿੰਦੇ ਹੋ ਫੈਲਾ ਦਿੰਦੇ ਹੋ ਸੋ ਇਹ ਪ੍ਰਕਾਸ਼ ਮਾਤਾ ਪਿਤਾ ਤੋਂ ਹੀ ਮਿਲ ਸਕਦਾ ਹੈ ਇਹ ਸੰਸਕਾਰ ਮਾਤਾ ਪਿਤਾ ਤੋਂ ਹੀ ਮਿਲ ਸਕਦੇ ਨੇ ਸੋ ਮਾਤਾ ਪਿਤਾ ਦਾ ਮੂਲ ਰੂਪ ਦੇ ਵਿੱਚ ਕੀ ਯੋਗਦਾਨ ਹੈ ਬੱਚੇ ਦੀ ਸ਼ਖਸੀਅਤ ਨੂੰ ਬੱਚੇ ਦੇ ਮਨ ਨੂੰ ਨਿਖਾਰਨ ਦੇ ਵਿੱਚ ਮਾਂ ਬਾਪ ਹਮ ਇੱਕ ਬੱਚੇ ਦੇ ਲਈ ਨਾ ਪਹਿਲਾ ਸ਼ੀਸ਼ਾ ਹੁੰਦੇ ਹਨ ਜੀ ਇੱਕ ਜਿਹੜਾ ਬੱਚਾ ਹੈ ਉਹ ਬੇਫਿਕਰਾ ਹੋ ਕੇ ਬਿਲਕੁਲ ਬੇਖੌਫ ਹੋ ਕੇ ਬਿਲਕੁਲ ਨਿਡਰ ਹੋ ਕੇ ਆਪਣਾ ਜਿਹੜਾ ਅਕਸ ਹੈ ਉਹ ਉਸ ਸ਼ੀਸ਼ੇ ਦੇ ਵਿੱਚ ਵੇਖਦਾ ਹੈ ਮਾਪੇ ਦੇ ਤੁਸੀਂ ਰੋਲ ਦੀ ਜਾਂ ਮਾਪੇ ਦੀ ਜਿਹੜੀ ਭੂਮਿਕਾ ਹੈ ਤੁਸੀਂ ਉਸ ਬਾਰੇ ਜਿਹੜਾ ਮੈਨੂੰ ਪ੍ਰਸ਼ਨ ਕੀਤਾ ਹੈ ਜੀ ਸੋ ਮਾਪੇ ਦੀ ਬਹੁਤ ਹੀ ਅਹਿਮ ਭੂਮਿਕਾ ਹੈ ਸਮਾਜ ਨੂੰ ਇੱਕ ਚੰਗਾ ਇਨਸਾਨ ਦੇਣਾ ਇੱਕ ਸੁਚੱਜੀ ਸ਼ਖਸੀਅਤ ਦੇਣਾ ਇਹ ਇੱਕ ਮਾਪੇ ਦੇ ਹੱਥ ਵਿੱਚ ਹੀ ਹੁੰਦਾ ਹੈ ਇੱਕ ਜਿਹੜਾ ਬੱਚਾ ਹੈ ਉਸ ਦੀਆਂ ਤਿੰਨ ਗੱਲਾਂ ਦੀ ਜ਼ਿੰਮੇਵਾਰੀ ਮਾਪੇ ਤੇ ਹੁੰਦੀ ਹੈ ਉਹ ਤਿੰਨ ਗੱਲਾਂ ਹਨ ਦਸਤਾਰ ਰਫਤਾਰ ਤੇ ਗੁਫਤਾਰ ਬਿਲਕੁਲ ਭਾਵ ਦਸਤਾਰ ਮੇਰੇ ਬੱਚੇ ਦੀ ਵੱਡੇ ਹੋ ਕੇ ਦਿਖ ਕਿਸ ਤਰ੍ਹਾਂ ਦੀ ਹੋਏਗੀ ਪਹਿਰਾਵਾ ਕਿਸ ਤਰ੍ਹਾਂ ਦਾ ਹੋਏਗਾ ਉੱਠਣੀ ਬੈਠਣੀ ਕਿਸ ਤਰ੍ਹਾਂ ਦੀ ਹੋਏਗੀ ਭਾਵ ਉਸ ਦੀ ਸ਼ਖਸੀਅਤ ਜਿਹੜੀ ਹੈ ਉਹ ਕੈਸੀ ਹੋਏਗੀ ਉਹ ਉਸ ਦੀ ਦਸਤਾਰ ਹੈ ਰਫਤਾਰ ਦੀ ਗੱਲ ਕਰਾਂ ਤਾਂ ਰਫਤਾਰ ਦੇ ਵਿੱਚ ਸੰਜੀਵ ਜੀ ਕੰਮ ਕਰਨ ਦਾ ਟੰਗ ਕਿੰਨੀ ਜਲਦੀ ਮਿੱਥੇ ਸਮੇਂ ਵਿੱਚ ਮਿੱਥੇ ਸਮੇਂ ਤੋਂ ਪਹਿਲਾਂ ਯਾ ਮਿੱਥੇ ਸਮੇ ਤੋਂ ਬਾਅਦ ਮੇਰਾ ਬੱਚਾ ਜਿਹੜਾ ਹੈ ਉਸ ਕੰਮ ਨੂੰ ਪੂਰਾ ਕਰਦਾ ਹੈ ਉਹਦੀ ਡਿਸੀਜਨ 메ਕਿੰਗ ਕਿੰਨੀ ਜਲਦੀ ਉਹ ਆਪਣਾ ਇੱਕ ਡਿਸੀਜਨ ਜਿਹੜਾ ਹੈ ਉਹ ਜ਼ਿੰਦਗੀ ਦੇ ਵਿੱਚ ਲੈ ਲੇਗਾ ਉਸ ਦੀ ਰਫਤਾਰ ਹੈ ਤੇ ਗੁਫ਼ਤਾਰ ਤੁਸੀਂ ਵੀ ਜਾਨੂ ਹੋ ਮੇਰੇ ਦਰਸ਼ਕ ਵੀ ਜਾਨੂ ਹਨ ਗੁਫ਼ਤਾਰ ਤੋਂ ਭਾਵ ਹੈ ਗੁਫ਼ਤਗੂ ਸੋ ਮੇਰਾ ਬੱਚਾ ਬੋਲਣ ਚਾਲਣ ਦੇ ਵਿੱਚ ਸਮਾਜਿਕ ਰੂਪ ਦੇ ਵਿੱਚ ਆਪਣੀ ਗੱਲ ਰੱਖਣ ਦੇ ਵਿੱਚ ਤੇ ਦੂਸਰੇ ਦੀ ਗੱਲ ਨੂੰ ਸਮਝਣ ਦੇ ਵਿੱਚ ਕਿੰਨਾ ਕਾਮਯਾਬ ਹੈ ਇਹ ਤਿੰਨੋਂ ਜਿਹੜੇ ਪੱਖ ਨੇ ਉਹੀ ਤਿੰਨੋਂ ਪੱਖ ਅਸਲ ਵਿੱਚ ਉਸ ਬੱਚੇ ਨੂੰ ਇੱਕ ਸ਼ਖਸੀਅਤ ਦਾ ਮਾਲਕ ਬਣਾਣਗੇ ਸੋ ਇਹ ਸਭ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਇੱਕ ਮਾਪਿਆਂ ਦੀ ਭਾਵ ਮਾਂ ਤੇ ਪੇ ਮਾਂ ਤੇ ਬਾਪ ਦੋਹਾਂ ਦੀ ਹੁੰਦੀ ਹੈ ਸਵੇਰ ਵੇਲੇ ਬੱਚੇ ਸੋਨੇ ਸੁਨੇ ਬਸਤੇ ਸਕੂਲ ਬੈਗ ਲੈ ਕੇ ਬੜੇ ਬੰਠਣ ਕੇ ਵਰਦੀ ਪਾ ਕੇ ਸਕੂਲ ਜਾ ਰਹੇ ਨੇ ਪੜ੍ਹਨ ਵਾਸਤੇ ਬਿਲਕੁਲ ਔਰ ਉਸੇ ਹੀ ਉਮਰ ਦੇ ਬੱਚੇ ਬੋਰੇ ਚੁੱਕੀ ਹੋਈ ਹੈ ਕਾਗਜ਼ ਇਕੱਠੇ ਕਰਦੇ ਪਏ ਨੇ ਲਿਫਾਫੇ ਇਕੱਠੇ ਕਰਦੇ ਪਏ ਨੇ ਕਿਉਂਕਿ ਰੋਜ਼ੀ ਰੋਟੀ ਵਾਸਤੇ ਗੰਦਗੀ 'ਚ ਹੱਥ ਮਾਰਦੇ ਪਏ ਨੇ ਕਿਉਂਕਿ ਉੱਥੋਂ ਉਹਨਾਂ ਨੂੰ ਰੋਜ਼ੀ ਰੋਟੀ ਮਿਲਣੀ ਹੈ ਬਿਲਕੁਲ ਔਰ ਬੱਚੇ ਤਿਆਰ ਹੋ ਕੇ ਸਕੂਲ ਪਹੁੰਚੇ ਨੇ ਉੱਥੇ ਪੜਨਗੇ ਟੀਚਰ ਸਹਿਬਾਨ ਪੜਾਉਣਗੇ ਬੜੀਆਂ ਸੋਹਣੀਆਂ ਸੋਹਣੀਆਂ ਗੱਲਾਂ ਸਿੱਖਣਗੇ ਚੰਗੇ ਨਾਗਰਿਕ ਬਣ ਕੇ ਨਿਕਲਣਗੇ ਇੱਕ ਛੋਟਾ ਜਿਹਾ ਬੱਚਾ ਕਿਸੇ ਚਾਹ ਦੀ ਦੁਕਾਨ ਤੇ ਕਿਸੇ ਢਾਬੇ ਤੇ ਥੱਪੜ ਖਾਂਦਾ ਪਿਆ ਸਵੇਰੇ ਸਵੇਰੇ ਆਪਣੇ ਮਾਲਕ ਤੋਂ ਝੂਠੇ ਭਾਂਡੇ ਮਾਂਜਦਾ ਪਿਆ ਰੋਂਦਾ ਪਿਆ ਪਤਾ ਨਹੀਂ ਉਹਨੇ ਕੁਝ ਖਾਧਾ ਵੀ ਹੈ ਕਿ ਨਹੀਂ ਖਾਧਾ ਉਹ ਵੀ ਕਿਸੇ ਮਾਪੇ ਦਾ ਜਾਇਆ ਬੱਚਾ ਹੈ ਸੋ ਇਹ ਸਾਰਾ ਸਮਾਜ ਸਾਡੇ ਸਾਹਮਣੇ ਹੈ ਔਰ ਸਾਡੇ ਵਾਸਤੇ ਬੜੇ ਸ਼ਰਮ ਦੀ ਗੱਲ ਹੈ ਕੋਈ ਇਹਦੇ ਵਿੱਚ ਅਤਕਥਨੀ ਮੈਂ ਨਹੀਂ ਕਰ ਰਿਹਾ ਇੰਨਾ ਸਭ ਗੱਲਾਂ ਨੂੰ ਦੇਖ ਕੇ ਅਸੀਂ ਬੱਚੇ ਦੇ ਕਿਸ ਪੱਖ ਦਾ ਵਿਕਾਸ ਕਰੀਏ ਬੱਚੇ ਦੇ ਕਿਸ ਪੱਖ ਦਾ ਵਿਕਾਸ ਕਰੀਏ ਦੇਖੋ ਕਈ ਵਾਰ ਹਾਲਾਤ ਜਿਹੜੇ ਨੇ ਉਹ ਸਾਨੂੰ ਜਿਸ ਤਰ੍ਹਾਂ ਦੇ ਮਿਲਦੇ ਨੇ ਜਿਸ ਨੂੰ ਅਸੀਂ ਕਿਸਮਤ ਕਹਿ ਦਈਏ ਜਿਸ ਨੂੰ ਪੁਰਾਣੇ ਕਰਮਾਂ ਦਾ ਫਲ ਕਹਦੇ ਏ ਕਿਸ ਤਰ੍ਹਾਂ ਦੇ ਮਾਪਿਆਂ ਦੇ ਘਰ ਅਸੀਂ ਪੈਦਾ ਹੋਏ ਆ ਇਹ ਸਾਡੇ ਹੱਥ ਵਿੱਚ ਨਹੀਂ ਹੈ ਸਾਡੇ ਮਾਪੇ ਅਮੀਰ ਹਨ ਜਾਂ ਸਾਡੇ ਮਾਪੇ ਗਰੀਬ ਹਨ ਸਾਨੂੰ ਚੰਗੇ ਹਾਲਾਤ ਦੇ ਸਕਦੇ ਹਨ ਜਾਂ ਸਾਨੂੰ ਚੰਗੇ ਹਾਲਾਤ ਨਹੀਂ ਦੇ ਸਕਦੇ ਇਹ ਜਿਹੜਾ ਹੈ ਉਹ ਬੱਚਾ ਜਨਮ ਦੇ ਨਾਲ ਲੈ ਕੇ ਪੈਦਾ ਨਹੀਂ ਹੁੰਦਾ ਸੋਚ ਕੇ ਅਸੀਂ ਪੈਦਾ ਨਹੀਂ ਹੋ ਸਕਦੇ ਕਿ ਅਸੀਂ ਇਸ ਤਰ੍ਹਾਂ ਦੇ ਮਾਪਿਆਂ ਦੇ ਘਰ ਪੈਦਾ ਹੋਣਾ ਹੈ ਸੋ ਮੇਰਾ ਇੱਕ ਜਿਹੜਾ ਬੱਚਾ ਹੈ ਇੱਥੇ ਮੈਂ ਇੱਕ ਕੋਟ ਜਿਹੜੀ ਹੈ ਉਹ ਤੁਹਾਨੂੰ ਸ਼ੇਅਰ ਕਰਨਾ ਚਾਹੂੰਗੀ ਇੱਕ ਮਨੁੱਖ ਇੱਕ ਬੱਚਾ ਜਾਂ ਇੱਕ ਸ਼ਖਸ ਜਿਹੜਾ ਹੈ ਉਸ ਦਾ ਗਰੀਬ ਪੈਦਾ ਹੋਣਾ ਹੂੰ ਇਸ ਵਿੱਚ ਉਸ ਦਾ ਕਸੂਰ ਨਹੀਂ ਹੈ ਪਰ ਗਰੀਬ ਪੈਦਾ ਹੋ ਕੇ ਗਰੀਬ ਮਰਨਾ ਇਸ ਵਿੱਚ ਸਿਰਫ ਤੇ ਸਿਰਫ ਉਸ ਦਾ ਆਪਣਾ ਕਸੂਰ ਹੈ ਸੋ ਮੈਨੂੰ ਮੇਰੇ ਬਚਪਨ ਦੇ ਵਿੱਚ ਚੰਗੇ ਮਾਪੇ ਮਿਲੇ ਤਾਂ ਚੰਗਾ ਮਾਹੌਲ ਮਿਲ ਜਾਏਗਾ ਤੇ ਚੰਗੀਆਂ ਹਾਲਾਤਾਂ ਤੇ ਚੰਗੀ ਸ਼ਖਸੀਅਤ ਦਾ مالک ਬਨਨ ਦੇ ਵਿੱਚ ਮੈਨੂੰ ਜਿਹੜੀ ਹੈ 50 80 70 ਪਰਸੈਂਟ ਜਿਹੜੀ ਹੈ ਪ੍ਰਤੀਸ਼ਤ ਜਿਹੜੀ ਹੈ ਉਹ ਮਦਦ ਮੇਰੇ ਮਾਪਿਆਂ ਵੱਲੋਂ ਮਿਲ ਜਾਏਗੀ ਪਰ ਇੱਕ ਵੇਲੇ ਜੇ ਉਂਝ ਦੇ ਹਾਲਾਤ ਨਹੀਂ ਮਿਲਦੇ ਹਨ ਅਸੀਂ ਏਪੀ ਜੀ ਅਬਦੁਲ ਕਲਾਮ ਦੀ ਗੱਲ ਕਰ ਲਈਏ ਹੁਣਿਆ ਹਾਕੀ ਦੇ ਮੈਚੇਜ਼ ਹੋਏ ਨੇ ਹੈ ਨਾ ਰਾਨੀ ਰਾਮਪਾਲ ਦੀ ਗੱਲ ਕਰ ਲਈਏ ਜਾਂ ਜਿਹੜੇ ਸਾਡੇ ਅਲੱਗ-ਅਲੱਗ ਜਿਹੜੇ ਖਿਡਾਰੀ ਅਸੀਂ ਹੁਨੇ 올림픽ਸ ਜੜੀਆਂ ਗੇਮਸ ਨੇ ਉਹਨਾਂ ਨੂੰ ਦੇਖਿਆ ਹੈ ਸਾਡੇ ਸੰਵਿਧਾਨ ਦੇ ਨਿਰਮਾਤਾ ਬੜੇ ਸਟਰਗਲ ਵਿੱਚ ਬੜੇ ਸੰਘਰਸ਼ ਵਿੱਚੋਂ ਅੱਗੇ ਆਏ ਬਿਲਕੁਲ ਸਾਡੇ ਦਾਦਾ ਸਾਹਿਬ ਜਿਹੜੇ ਨੇ ਹਨਾ ਬੀ ਆਰ ਅੰਬੇ ਬਾਬਾ ਸਾਹਿਬ ਠੀਕ ਹੈ ਸੋ ਇਹ ਜਿਹੜੇ ਸਾਰੀਆਂ ਦੇ ਸਾਰੀਆਂ ਸਾਡੀਆਂ ਹਾਲਾਤ ਨੇ ਹਾਲਾਤ ਤਾਂ ਸਾਡੇ ਕੋਲ ਆ ਨਹੀਂ ਨੇ ਪਰ ਇੱਕ ਬੱਚੇ ਨੂੰ ਸਟਰੀਟ ਸਮਾਰਟ ਹੋਣਾ ਚਾਹੀਦਾ ਹੈ ਇੱਕ ਬੱਚੇ ਨੂੰ ਨਾ ਹਾਲਾਤਾਂ ਨੂੰ ਦੇਖਦੇ ਹੋਏ ਸੋ ਜਿਸ ਬੱਚੇ ਦੇ ਹਾਲਾਤ ਤਾਂ ਚੰਗੇ ਨੇ ਉਹਨੂੰ ਓਨੀ ਮਿਹਨਤ ਕਰਨ ਦੀ ਲੋੜ ਨਹੀਂ ਹੈ ਮੈਂ ਇੱਕ ਸਰਕਾਰੀ ਅਧਿਆਪਕ ਹਾਂ ਮੈਂ ਆਪਣੇ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਇਹ ਕਹਿੰਦੀ ਹਾਂ ਕਿ ਮੇਰੇ ਬੱਚਿਆਂ ਨੂੰ ਸੈਟਲ ਕਰਨ ਦੇ ਲਈ ਜੇ ਉਹ ਮੰਨ ਲਓ ਪੜਾਈ ਨਹੀਂ ਕਰਦੇ ਜਾਂ ਉਹ ਕੁਝ ਸਹੀ ਲਾਈਫ ਦੇ ਵਿੱਚ ਨਹੀਂ ਕਰਦੇ ਤਾਂ ਮੇਰੇ ਅਕਾਊਂਟ ਵਿੱਚ ਪੈਸੇ ਹਨ ਪਰ ਤੁਸੀਂ ਰਾਤ ਨੂੰ ਇੱਕ ਸੁਪਨਾ ਵੇਖ ਕੇ ਜ਼ਰੂਰ ਸੋਇਆ ਕਰੋ ਆਪਣੇ ਆਪ ਨਾਲ ਗੱਲ ਕਰਕੇ ਜ਼ਰੂਰ ਸੋਇਆ ਕਰੋ ਕਿ ਤੁਹਾਡੇ ਮਾਪਪ ਦੇ ਜਿਹੜਾ ਅਕਾਊਂਟ ਹੈ ਉਹ ਖਾਲੀ ਹੈ ਉਹਨਾਂ ਦਾ ਅਕਾਊਂਟ ਵੀ ਤੁਸੀਂ ਪੜਨਾ ਹੈ ਤੇ ਆਪਣਾ ਅਕਾਊਂਟ ਜਿਹੜਾ ਹੈ ਉਹ ਵੀ ਤੁਸੀਂ ਪੜਨਾ ਹੈ ਸੋ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਬੱਚੇ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਆਪਣੀ ਜੜੀ ਹੈ ਉਹ ਜ਼ਿਆਦਾ ਵੱਧ ਜਾਂਦੀ ਹੈ ਇੱਥੇ ਕਿਤੇ ਨਾ ਕਿਤੇ ਕੁਦਰਤ ਵੀ ਆਪਣਾ ਯੋਗਦਾਨ ਜ਼ਰੂਰ ਦਿੰਦੀ ਹੈ ਬੱਚੇ ਨੂੰ ਨਿਖਾਰਨ ਦੇ ਵਿੱਚ ਬੱਚੇ ਨੂੰ ਅੱਗੇ ਵਧਾਣ ਦੇ ਵਿੱਚ ਕਿਉਂਕਿ ਸਾਡੇ ਸਾਹਮਣੇ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦੀ ਵੀ ਉਦਾਹਰਣ ਹੈ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸੋ ਅਕਸਰ ਮਾਪੇ ਆਪਣੇ ਬੱਚਿਆਂ ਨੂੰ ਬੁਰੀ ਸੰਗਤ ਤੋਂ ਬਚਾਉਣਾ ਚਾਹੁੰਦੇ ਨੇ ਕਿ ਸਾਡੇ ਬੱਚੇ ਚੰਗੇ ਬਣਨ। ਬਿਲਕੁਲ। ਤਾਂ ਇਸੇ ਤਰ੍ਹਾਂ ਹੀ ਤੁਹਾਡੇ ਵਰਗੇ ਮਨੋਵਿਗਿਆਨੀ ਤੋਂ ਮਾਪੇ ਨੇ ਪੁੱਛਿਆ ਕਿ ਅਸੀਂ ਆਪਣੇ ਬੱਚੇ ਨੂੰ ਬੁਰੀ ਸੰਗਤ ਤੋਂ ਕਿਵੇਂ ਬਚਾਈਏ? ਤਾਂ ਮਨੋਵਿਗਿਆਨੀ ਨੇ ਜਵਾਬ ਦਿੱਤਾ ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਬੱਚੇ ਨੂੰ ਆਪਣੀ ਸੰਗਤ ਤੋਂ ਬਚਾਓ। ਬਿਲਕੁਲ ਸਹੀ। ਕਿਉਂ? ਕਿਉਂਕਿ ਤੁਸੀਂ ਚੰਗੇ ਮਾਪੇ ਹੋ ਜਾਂ ਨਹੀਂ ਹੋ ਇਹ ਤੁਸੀਂ ਮੈਨੂੰ ਦੱਸਣਾ ਹੈ ਕਿ ਘਰ ਦਾ ਮਾਹੌਲ ਤੁਸੀਂ ਕਿੱਦਾਂ ਦਾ ਰੱਖਿਆ ਹੋਇਆ ਹੈ। ਆਪਸ ਲੜੀ ਜਾਂਦੇ ਹੋ, ਲੜੀ ਜਾਂਦੇ ਹੋ। ਤੇ ਕੀ ਮਾਹੌਲੇ ਦੇ ਬੱਚੇ ਉਤੇ ਉਹਦਾ ਕੀ ਅਸਰ ਪਾਏਗਾ ਬੁਰੀ ਸੰਗਤ ਤੇ ਘਰ ਵਿੱਚ ਹੀ ਮੌਜੂਦ ਹੈ ਤੇ ਬਾਹਰ ਕਿੱਥੇ ਜਾਣਾ ਹਾਂ ਬਿਲਕੁਲ ਸਹੀ ਗੱਲ ਹੈ ਪਹਿਲੇ ਹੀ ਤੁਹਾਨੂੰ ਦੱਸਿਆ ਹੈ ਕਿ ਬੱਚਾ ਆਪਣਾ ਅਕਸ ਜਿਹੜਾ ਹੈ ਉਹ ਮਾਂ-ਬਾਪ ਦੇ ਸ਼ੀਸ਼ੇ ਵਿੱਚ ਵੇਖਦਾ ਹੈ ਦੂਸਰੀ ਗੱਲ ਤੁਸੀਂ ਜਿਹੜਾ ਮਾਂ-ਬਾਪ ਦੀ ਗੱਲ ਕੀਤੀ ਹੈ ਮੈਂ ਅਗਰ ਬੱਚੇ ਨੂੰ ਕਹਿੰਨੀ ਹਾਂ ਵੀ ਟੀਵੀ ਨਾ ਦੇਖ ਹਾਂ ਜਾਂ ਇਸ ਗੱਲ ਨੂੰ ਨਾ ਕਰ ਸੋ ਕਹਿਣ ਦੇ ਨਾਲ ਬੱਚਾ ਕਦੇ ਵੀ ਮੰਨੇਗਾ ਨਹੀਂ ਜਾਂ ਤੂੰ ਸਵੇਰੇ ਉੱਠ ਕੇ ਮੰਦਰ ਵਿੱਚ ਜਾ ਕੇ ਪੂਜਾ ਪਾਠ 2-4 ਮਿੰਟ ਉਸ ਪਰਮਾਤਮਾ ਦੇ ਨਾਲ ਆਪਣੀ ਗੱਲਬਾਤ ਸਾਂਝੀ ਕਰ। ਕਹਿਣ ਦੇ ਨਾਲ ਬੱਚੇ ਸੁਣਦੇ ਨਹੀਂ ਹਨ ਪਰ ਕਰਨ ਦੇ ਨਾਲ ਬੱਚੇ ਜਿਹੜੇ ਨੇ ਉਸ ਨੂੰ ਸੁਣਦੇ ਨਹੀਂ ਉਸ ਨੂੰ ਕਰਦੇ ਹਨ। ਸੋ ਮਾਪੇ ਜਿਸ ਤਰ੍ਹਾਂ ਕਰਨਗੇ ਜਿਸ ਤਰ੍ਹਾਂ ਵਿਚਰਨਗੇ ਬੱਚਿਆਂ ਦਾ ਲਾਜ਼ਮੀ ਹੀ ਉਸ ਤਰ੍ਹਾਂ ਦਾ ਵਤੀਰਾ ਜਿਹੜਾ ਹੈ ਉਹ ਬਣਦਾ ਜਾਏਗਾ। ਦੂਸਰੀ ਜਿਹੜੀ ਤੁਸੀਂ ਗੱਲ ਕੀਤੀ ਹੈ ਲੜਨ ਦੀ ਸੋ ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਵਿਆਹ ਹੋ ਜਾਂਦੇ ਹਨ ਕਿਸ ਤਰ੍ਹਾਂ ਦਾ ਜੀਵਨ ਸਾਥੀ ਸਾਨੂੰ ਮਿਲਿਆ ਹੈ ਉਸ ਨਾਲ ਸਾਡੀ ਸੋਚ ਮਿਲਦੀ ਹੈ ਸਾਡੇ ਜਿਹੜੇ ਇੰਟਰਸਟ ਨੇ ਮਿਲਦੇ ਹਨ ਨਹੀਂ ਮਿਲਦੇ ਹਨ ਇਹ ਜ਼ਰੂਰੀ ਨਹੀਂ ਹੈ ਪਰ ਜਦੋਂ ਅਸੀਂ ਦੋਹਾਂ ਨੇ ਰਲ ਕੇ ਇੱਕ ਬੱਚੇ ਨੂੰ ਪੈਦਾ ਕੀਤਾ ਹੈ ਤਾਂ ਜਿਹੜੀ ਆਪਸ ਦੀ ਸਾਡੀ ਲੜਾਈ ਹੈ ਜੇ ਉਹ ਸੋਲਵ ਨਹੀਂ ਹੁੰਦੀ ਹੈ ਤਾਂ ਅਸੀਂ ਇੱਕ ਚੰਗੇ ਦੋਸਤ ਬਣ ਕੇ ਰਹਿ ਸਕਦੇ ਹਾਂ ਤਾਂਕਿ ਸਾਡੇ ਆਪਸ ਦੀਆਂ ਜਿਹੜੀਆਂ ਗੁੰਜਲਾਂ ਹੈ ਉਸ ਦਾ ਅਸਰ ਸਾਡੇ ਬੱਚੇ ਦੇ ਉੱਤੇ ਨਾ ਪਵੇ। ਬੱਚੇ ਕਈ ਵਾਰ ਬੜੇ ਅਜੀਬ ਤਰ੍ਹਾਂ ਨਾਲ ਸਲੂਕ ਕਰਦੇ ਨੇ। ਉਹਨਾਂ ਨੂੰ ਬਾਰ ਬਾਰ ਕਹੀ ਜਾਣਾ, ਕਹੀ ਜਾਣਾ ਉਹਨਾਂ ਦਾ ਦਿਲ ਟੁੱਟ ਜਾਂਦਾ ਹੈ। ਉਹਨਾਂ ਨੂੰ ਅਸੀਂ ਕਈ ਵਾਰ ਪੀਸ ਕੇ ਰੱਖ ਦਿੰਦੇ ਆ। ਕਈ ਵਾਰ ਤਾਂ ਅਸੀਂ ਦੇਖਦੇ ਆ ਘਰ ਦੇ ਵਿੱਚ ਵੀ ਉਹਨਾਂ ਨੂੰ ਮਾਰ ਵੀ ਪੈਂਦੀ ਹੈ, ਛਿੜਕਾਂ ਤਾਂ ਪੈਂਦੀਆਂ ਹੀ ਰਹਿੰਦੀਆਂ ਨੇ। ਸੋ ਇਹ ਸਾਰੀਆਂ ਗੱਲਾਂ ਦੇਖਦੇ ਹੋਏ ਉਹਨਾਂ ਦੇ ਮਨ ਦੇ ਉੱਤੇ ਉਹਦਾ ਪ੍ਰਭਾਵ ਪਵੇਗਾ। ਕਿਤਨਾ ਕਿਤੇ ਉਹ ਗੁੱਸਾ ਜ਼ਰੂਰ ਕੱਢੇਗਾ। ਹੂੰ ਬਿਲਕੁਲ। ਜੇ ਮਾਂ ਨੇ ਵੱਡੇ ਬੇਟੇ ਨੂੰ ਮਾਰ ਦਿੱਤਾ ਹੈ, ਥੱਪੜ ਦਿੱਤਾ ਉਹ ਛੋਟੇ ਭਰਾ ਨੂੰ ਜ਼ਰੂਰ ਮਾਰੇਗਾ। ਬਿਲਕੁਲ। ਠੀਕ ਹੈ ਤਾਂ ਇਹ ਬੱਚਿਆਂ ਦਾ ਜਿਹੜਾ ਵਤੀਰਾ ਹੈ ਕਈ ਵਾਰ ਸਾਨੂੰ ਬੜਾ ਅਜੀਬ ਲੱਗਦਾ ਹੈ ਇਹਦੇ ਪਿੱਛੋਂ ਦਾ ਜਿਹੜਾ ਕਾਰਨ ਹੈ ਉਹਨੂੰ ਸਮਝਣ ਦੀ ਬਜਾਏ ਅਸੀਂ ਬੱਚੇ ਉੱਤੇ ਫਿਰ ਗੁੱਸਾ ਕਰਦੇ ਹਾਂ ਹਾਂ ਬਿਲਕੁਲ ਸੰਜੀਵ ਜੀ ਦੇਖੋ ਤੁਸੀਂ ਆਪਣੇ ਇਸ ਸਵਾਲ ਦੇ ਵਿੱਚ ਤਿੰਨ ਚਾਰ ਸਵਾਲਾਂ ਦੀ ਜਿਹੜੀ ਹੈ ਉਹ ਮੇਰੇ ਨਾਲ ਗੱਲ ਕੀਤੀ ਹੈ ਸਭ ਤੋਂ ਪਹਿਲੇ ਤੇ ਜਿਹੜੀ ਤੁਸੀਂ ਮੇਰੇ ਨਾਲ ਗੱਲ ਕੀਤੀ ਹੈ ਕਿ ਬੱਚਾ ਜਿਹੜਾ ਹੈ ਉਹ ਅਲੱਗ ਤਰ੍ਹਾਂ ਦੇ ਨਾਲ ਵਰਤਾ ਕਰਦਾ ਹੈ ਜੀ ਸੋ ਜੇ ਮੈਂ ਉਸ ਗੱਲ ਦੇ ਵਰਤਾਅ ਤੇ ਆਵਾਂ ਮੈਂ ਬੱਚੇ ਦਾ ਇੱਕ ਬਿਹੇਵੀਅਰ ਇੱਕ ਵਤੀਰਾ ਦੇਖਿਆ ਉਹਨੂੰ ਦੇਖ ਕੇ ਮੈਂ ਕਿਹਾ ਕਿ ਇਹ ਬੱਚਾ ਚੰਗਾ ਹੈ ਜਾਂ ਬੱਚਾ ਮਾੜਾ ਹੈ ਬੱਚਾ ਕਦੇ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ ਉਹਦਾ ਉਸ ਵੇਲੇ ਦਾ ਜਿਹੜਾ ਵਤੀਰਾ ਹੈ ਉਹੀ ਚੰਗਾ ਜਾਂ ਮਾੜਾ ਹੁੰਦਾ ਹੈ ਤੇ ਵਤੀਰਾ ਜਿਹੜਾ ਹੈ ਨਾ ਉਹ ਇੱਕ ਸਾਈਕਲ ਨੂੰ ਫੋਲੋ ਕਰਦਾ ਹੈ ਉਹ ਸਾਈਕਲ ਮੇਰੇ ਕੋਲ ਹੈ ਇਨਸੀਡੈਂਟ ਇਮੋਸ਼ਨ ਬਿਲੀਫ ਤੇ ਫਿਰ ਬਿਹੇਵੀਅਰ ਪੰਜਾਬੀ ਵਿੱਚ ਇਨਸੀਡੈਂਟ ਤੋਂ ਭਾਵ ਹੈ ਘਟਨਾ ਉਸ ਘਟਨਾ ਨਾਲ ਜੁੜੀ ਹੋਈ ਬੱਚੇ ਦੀ ਭਾਵਨਾ ਭਾਵਨਾ ਤੋਂ ਆਇਆ ਬੱਚੇ ਦਾ ਵਿਸ਼ਵਾਸ ਤੇ ਉਸ ਵਿਸ਼ਵਾਸ ਦੇ ਆਧਾਰ ਤੇ ਬਣਿਆ ਉਸ ਦਾ ਬਿਹੇਵੀਅਰ ਹੁਣ ਤੁਸੀਂ ਗੱਲ ਕੀਤੀ ਸੀ ਕਿ ਬੱਚੇ ਨੂੰ ਕੁੱਟਮਾਰ ਜਾਂ ਸੀ ਉਸ ਦੀਆਂ ਗਲਤੀਆਂ ਜਿਹੜੀਆਂ ਹੈ ਉਸ ਨੂੰ ਅਸੀਂ بار بار ਰਿਪੀਟ ਕਰਦੇ ਹਾਂ ਦੇਖੋ ਇੱਕ ਬੱਚੇ ਦੇ ਕੋਲ ਰਸੋਈ ਦੇ ਵਿੱਚ ਕੱਪ ਟੁੱਟ ਗਿਆ ਦੁੱਧ ਉੱਬਲ ਗਿਆ ਜਾਂ ਉਸ ਬੱਚੇ ਦੇ ਨੰਬਰ ਘਟ ਆਏ ਜਾਂ ਉਹ ਖੇਡ ਦੇ ਮੈਦਾਨ ਵਿੱਚ ਹਾਰ ਗਿਆ ਇਹ ਸਾਰੀਆਂ 4 6 10 ਗੱਲਾਂ ਜਿਹੜੀਆਂ ਨੇ ਉਹ ਘਟਨਾ ਹੈ ਉਹ ਸਾਡੇ ਕੰਟਰੋਲ ਵਿੱਚ ਨਹੀਂ ਹੈ ਹੁਣ ਜਦੋਂ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਉਸ ਮੇਰੇ ਬੱਚੇ ਦੇ ਜ਼ਿੰਦਗੀ ਦੇ ਵਿੱਚ ਵਾਪਰਦੀ ਹੈ ਤਾਂ ਉਹ ਘਟਨਾ ਦੇ ਨਾਲ ਜਿਹੜਾ ਬੱਚੇ ਦੀ ਭਾਵਨਾ ਹੈ ਉਹ ਜੁੜੀ ਹੁੰਦੀ ਹੈ ਤੇ ਉਸ ਵੇਲੇ ਇਸ ਤਰ੍ਹਾਂ ਦੀ ਘਟਨਾ ਦੇ ਟਾਈਮ ਦੇ ਉੱਤੇ ਮੇਰੇ ਬੱਚੇ ਨੂੰ ਮੇਰੀ ਸਭ ਤੋਂ ਜ਼ਿਆਦਾ ਲੋਡ ਹੁੰਦੀ ਹੈ ਹੁੰਦਾ ਕੀ ਹੈ ਘਟਨਾ ਨੂੰ ਵੇਖਦੇ ਹੋਏ ਅਸੀਂ ਆਪਣਾ ਬਚਪਨ ਵੀ ਯਾਦ ਕਰੀਏ ਤੁਸੀਂ ਹੁਣੇ ਗੱਲ ਕੀਤੀ ਸੀ ਕਿ ਸਾਡੇ ਕੋਲ ਦੁੱਧ ਡੁੱਬ ਲਿਆ ਜਾਂ ਕੱਪ ਟੁੱਟਿਆ ਸੋ ਥੱਪੜ ਤਿਆਰ ਹੀ ਰਹਿੰਦਾ ਸੀ ਸੋ ਉਸ ਭਾਵਨਾ ਦਾ ਜਿੱਥੇ ਬੱਚੇ ਨੂੰ ਲੋੜ ਹੈ ਉਸ ਭਾਵਨਾ ਦੇ ਸਮੇਂ ਤੇ ਬੱਚੇ ਦੇ ਨੰਬਰ ਘਟਾਂ ਤੇ ਜਾਂ ਬੱਚੇ ਦਾ ਖੇਡ ਦੇ ਮੈਦਾਨ ਚ ਹਾਰ ਜਾਣ ਤੇ ਜਿਹੜੇ ਮਾਪੇ ਨੇ ਉਹ ਬੱਚੇ ਨੂੰ ਦਿਲ ਵਿੱਚ ਆਈਆਂ ਸੁਣਾਉਂਦੇ ਨੇ ਤੂੰ ਕਰ ਨਹੀਂ ਸਕਦਾ ਤੇਰੇ ਕੋਲ ਹੋਣਾ ਨਹੀਂ ਹੈ ਤੂੰ ਇੱਕ ਪਲਾਸਟਿਕ ਦਾ ਫੁੱਲ ਹੈ ਤੈਨੂੰ ਪਾਣੀ ਦੇਣ ਦਾ ਕੋਈ ਫਾਇਦਾ ਨਹੀਂ ਹੈ ਇਨ੍ਹਾਂ ਟੀਲਾ ਵਿੱਚ ਕੋਈ ਤੇਲ ਨਹੀਂ ਹੈ ਇਹ ਸ਼ਬਦ ਜਿਹੜੇ ਅਸੀਂ ਵਰਤਦੇ ਹਾਂ ਇਹ ਸ਼ਬਦ ਬੱਚੇ ਦੇ ਮਨ ਵਿੱਚ ਘਰ ਕਰ ਜਾਂਦੇ ਹਨ ਉਹ ਮੈਦਾਨ ਵਿੱਚ ਨਹੀਂ ਹਾਰਦਾ ਬੱਚਾ ਆਪਣੇ ਮਨ ਤੋਂ ਹਾਰ ਜਾਂਦਾ ਹੈ ਮਨ ਦੇ ਜਿੱਤਿਆਂ ਹੀ ਜਿੱਤ ਹੁੰਦੀ ਹੈ ਤੁਸੀਂ ਇਸ ਗੱਲ ਨੂੰ ਕਿਤਾ ਸੀ ਮੇਰੇ ਨਾਲ ਮਨ ਜਿੱਤੇ ਜਗਜੀਤ ਬਿਲਕੁਲ ਮਨ ਜਿੱਤੇ ਜਗਜੀਤ ਜਦੋਂ ਇਹ ਸ਼ਬਦਾ ਦਾ ਵਾਇਰਸ ਉਸ ਬੱਚੇ ਦੇ ਅੰਦਰ ਜਾਂਦਾ ਹੈ ਤਾਂ ਉਸ ਦੀਆਂ ਸਾਰੀਆਂ ਫਾਈਲਾਂ ਨੂੰ ਕਰਪਟ ਕਰ ਦਿੰਦਾ ਹੈ ਉਹ ਫਾਈਲਾਂ ਭਾਵਨਾਤਮਕ ਵੀ ਨੇ ਸਮਾਜਿਕ ਵੀ ਨੇ ਸਰੀਰਕ ਵੀ ਨੇ ਤੇ ਮਾਨਸਿਕ ਵੀ ਨੇ ਸੋ ਮਾਂ-ਬਾਪ ਦਾ ਜਿਹੜਾ ਰੋਲ ਹੈ ਉਹ ਇਹ ਹੋਣਾ ਚਾਹੀਦਾ ਹੈ ਕਿ ਬੱਚਿਆਂ ਦੀਆਂ ਛੋਟੀਆਂ-ਮੋਟੀਆਂ ਜਿਹੜੀਆਂ ਗਲਤੀਆਂ ਹਨ ਉਹਨਾਂ ਨੂੰ ਸਿਰ ਮੱਥੇ ਤੇ ਲਾਓ ਜੀ ਮਨ ਕੇ ਹਾਰੇ ਹਾਰ ਹੈ ਮਨ ਕੇ ਜੀਤੇ ਜੀਤ ਕ੍ਰਿਸ਼ਨ ਜੀ ਵੀ ਕਹਿੰਦੇ ਨੇ ਤੇ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਕਿ ਮਨ ਜੀਤੇ ਜਗ ਜੀਤ ਬਿਲਕੁਲ ਹੁਣ ਤੁਸੀਂ ਸੋਹਣੇ-ਸੋਹਣੇ ਸ਼ਬਦਾਂ ਦਾ ਪ੍ਰਯੋਗ ਕਰੋ ਕਿਉਂਕਿ ਉਹ ਬੱਚਿਆਂ ਵਾਸਤੇ ਜਿਹੜੇ ਗਲਤ ਸ਼ਬਦਾਂ ਦਾ ਪ੍ਰਯੋਗ ਹੋਇਆ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਤੇ ਸੋਹਣੇ ਸ਼ਬਦਾਂ ਦਾ ਅਸੀਂ ਪ੍ਰਯੋਗ ਕਰਾਂਗੇ ਕਿਉਂਕਿ ਤੁਸੀਂ ਇੱਕ ਕਵਿਤਰੀ ਵੀ ਹੋ ਤਾਂ ਕਵਿਤਾ ਦੇ ਰੂਪ ਦੇ ਵਿੱਚ ਹੋ ਜਾਏ ਫਿਰ ਆ ਕਵਿਤਾ ਦੇ ਰੂਪ ਵਿੱਚ ਹੋ ਜਾਏ ਬਿਲਕੁਲ ਸਹੀ ਹੈ ਜੀ ਮੈਂ ਨਾ ਇੱਕ ਪੋਸਟ ਥੋੜੇ ਦਿਨ ਪਹਿਲੇ ਮੇਰੀ ਇੱਕ ਬਹੁਤ ਹੀ ਅਜ਼ੀਜ਼ ਸਾਥੀ ਨੇ ਸ਼ੇਅਰ ਕੀਤੀ ਸੀਗੀ ਉਹਨਾਂ ਨੇ ਆਪਣੀ ਬੱਚੀ ਨੂੰ ਕਿਆਸੀ ਵੀ ਉੱਡ ਜਿੰਨਾ ਤੂੰ ਉੱਡਣਾ ਚਾਹਦੀ ਹੈ ਡਰ ਨਾ ਡਿੱਗਣ ਦੇ ਡਰ ਤੋਂ ਘਬਰਾਣ ਦੀ ਲੋੜ ਨਹੀਂ ਹੈ ਮੈਂ ਹਾਂ ਤੇਰੇ ਪਿੱਛੇ ਸੋ ਉੱਤੋਂ ਬਾਲ ਮਨੋਵਿਗਿਆਨ ਦਾ ਇੱਕ ਟੌਪਿਕ ਜਿਹੜਾ ਹੈ ਉਹ ਮੇਰੇ ਹਿੱਸੇ ਆ ਗਿਆ ਸੋ ਰਾਤ ਨੂੰ ਇੰਜ ਹੀ ਬੈਠੇ ਬੈਠੇ ਦੋ ਚਾਰ ਜਿਹੜੀਆਂ ਸਤਰਾ ਨੇ ਮੈਂ ਉਹਨਾਂ ਦੀਆਂ ਭਾਵਨਾਵਾਂ ਨੂੰ ਪਲੱਸ ਆਪਣੀਆਂ ਭਾਵਨਾਵਾਂ ਨੂੰ ਕੁਝ ਪਿਰੋਇਆ ਹੈ ਸੋ ਤੁਹਾਡੇ ਸਭ ਦੇ ਰੂਬਰੂ ਕਰਦੀ ਹਾਂ ਇਹ ਇੱਕ ਬੱਚੇ ਔਰ ਪਿਓ ਦੀ वार्तालाਪ ਹੈ ਬੱਚੇ ਦੇ ਆਪਣੇ ਮਨ ਵਿੱਚ ਪਿਓ ਦੀ ਸਿੱਧੀਆਂ ਜੀ ਸੋ ਬੱਚਾ ਜਿਹੜਾ ਹੈ ਉਹ ਕੀ ਸੋਚਦਾ ਹੈ ਉੱਚੇ ਅਸਮਾਨਾਂ 'ਚ ਉੱਡਣ ਦੀ ਚਾਹ ਪਰ ਅਣਜਾਣੇ ਤੇ ਮੁਸ਼ਕਲ ਨੇ ਰਾਹ ਹੂੰ ਉੱਚੇ ਅਸਮਾਨਾਂ 'ਚ ਉੱਡਣ ਦੀ ਚਾਹ ਪਰ ਅਣਜਾਣੇ ਤੇ ਮੁਸ਼ਕਲ ਨੇ ਰਾਹ ਕਬਰੌਂਦਾ ਹੈ ਦਿਲ ਡਗਮਗਾਉਂਦਾ ਹੈ ਦਿਲ ਕਰਾਂ ਕਿ ਨਾ ਕਰਾਂ ਜੀ ਤੁਰਾਂ ਇਸ ਰਾਹ ਤੇ ਕਿ ਨਾ ਤੁਰਾਂ ਅਨੇਕਾ ਬੁਝਾਰਤਾ ਤੇ ਗੁੰਜਲਾਂ ਪਾਉਂਦਾ ਹੈ ਦਿਲ ਹੂੰ ਡਿੱਗ ਨਾ ਜਾਵਾਂ ਟਹਿ ਨਾ ਜਾਵਾਂ ਹਾਇਓ ਰੱਬਾ ਕਿਤੇ ਡਿੱਗ ਨਾ ਜਾਵਾਂ ਟਹਿ ਨਾ ਜਾਵਾਂ ਤੂਫਾਨੀ ਬਹਾਵਾ ਵਿੱਚ ਕਿਤੇ ਵਹਿ ਨਾ ਜਾਵਾਂ ਇਹ ਬੱਚਾ ਆਪਣੇ ਮਨ ਦੇ ਅੰਦਰ ਪਰਤਾਂ ਦੇ ਵਿੱਚ ਸਵਾਲ ਆਪਣੇ ਆਪ ਨੂੰ ਕਰਦਾ ਹੈ ਪਰ ਕਿਉਂਕਿ ਜਿਹੜਾ ਇੱਕ ਮਾਂ ਬਾਪ ਜਿਹੜਾ ਇੱਕ ਪਿਓ ਮਨੋਵਿਗਿਆਨੀ ਹੈ ਉਹ ਬੱਚੇ ਨੂੰ ਦੇਖਦੇ ਹੋਏ ਵੀ 10 ਪ੍ਰਸ਼ਤ ਜਿਹੜਾ ਬੱਚਾ ਦਿਖਦਾ ਹੈ ਉਹਦੇ 90 ਪ੍ਰਸ਼ਤ ਆਪੇ ਸਮਝ ਜਾਂਦਾ ਹੈ ਤਾਂ ਉਹ ਬੱਚੇ ਨੂੰ ਜਵਾਬ ਦਿੰਦਾ ਹੈ ਉਹ ਜਵਾਬ ਉਸ ਪਿਓ ਦਾ ਕੀ ਹੈ ਉਠ ਪੁੱਤਰ ਖਬਰਾਂਦਾ ਕਿਉਂ ਹੈ ਜ਼ਿੰਦਗੀ ਦੇ ਰਾਹਾਂ ਤੇ ਡਗਮਗਾਂਦਾ ਕਿਉਂ ਹੈ ਤੂੰ ਉੱਠ ਖੜਾ ਹੋ ਤੇ ਉੱਡ ਉੱਚੇ ਅਸਮਾਨਾਂ ਵਿੱਚ ਜੀ ਜੀ ਪਰ ਆਪਣੀ ਉਡਾਰੀ ਕੀ ਹੋਵੇਗਾ ਡਿੱਗ ਜਾਵੇਂਗਾ ਨਹੀਂ ਡਿੱਗਦਾ ਪੁੱਤਰਾ ਤੇ ਜੇ ਕਿਤੇ ਤੂੰ ਘਾੜੀ ਪੱਲ ਲਈ ਫਿਸਲ ਵੀ ਗਿਆ ਜੀ ਬੜੀ ਤਾਕਤ ਹੈ ਤੇਰੇ ਬਾਪੂ ਦੇ ਮੋਢਿਆਂ 'ਚ ਤੇ ਹੱਥਾਂ ਵਿੱਚ ਖਬਰਾਂ ਦੀ ਲੋੜ ਨਹੀਂ ਹੈ ਮੈਨੂੰ ਤਾਂ ਛੋਟੇ ਹੁੰਦੇ ਨੂੰ ਮੈਂ ਖੇਡ ਖੇਡ ਬੋਚਦਾ ਰਿਹਾ ਹਾਂ ਚੱਲ ਉੱਠ ਤੇ ਉੱਡ ਉੱਚੇ ਅਸਮਾਨੀ 파ਰੂਦਾਰੀ ਤੇ ਕਰ ਆਪਣੇ ਸਫਨਿਆਂ ਨੂੰ ਪੂਰਾ ਕਰ ਜੋ ਕਰਨਾ ਚਾਹੁੰਦਾ ਹੈ ਖੇਡ ਜਿਹੜੀ ਖੇਡ ਖੇਡਣੀ ਚਾਹੁੰਦਾ ਹੈ ਜ਼ਿੰਦਗੀ ਵਿੱਚ ਮੈਂ ਹਾਂ ਤੇਰੇ ਪਿੱਛੇ ਬਾਪ ਕਹਿੰਦਾ ਹੈ ਮੈਂ ਹਾਂ ਤੇਰੇ ਪਿੱਛੇ ਮੈਂ ਹਾਂ ਤੇਰੇ ਨਾਲ ਤੂੰ ਬਨ ਜਾ ਆਪਣੇ ਮੁਕੱਦਰ ਦਾ ਸਿਕੰਦਰ ਬੇਫਿਕਰ ਬੇਖੌਫ ਖੇਡ ਪੁੱਤਰ ਤੇ ਬਨ ਜਾ ਤੂੰ ਆਪਣੇ ਹੀ ਮੈਦਾਨ ਦਾ ਖਿਡਾਰੀ ਬਹੁਤ ਖੂਬ ਜੇ ਇੱਕ ਮਾਂ-ਬਾਪ ਜਿਹੜਾ ਹੈ ਅਜਿਹਾ ਮਨੋਵਿਗਿਆਨੀ ਹੋਏਗਾ ਤੇ ਮੇਰੇ ਖਿਆਲ ਦੇ ਵਿੱਚ ਇੱਕ ਜਿਹੜਾ ਬੱਚਾ ਹੈ ਉਹ ਸੁਚੱਜੀ ਸ਼ਖਸੀਅਤ ਦਾ مالک ਜ਼ਰੂਰ ਬਣੇਗਾ ਬਿਲਕੁਲ ਜੀ ਬੱਚਾ ਮਨ ਵਿੱਚ ਕਹਿੰਦਾ ਹੈ ਪਿਤਾ ਮੂੰਹ ਤੇ ਕਹਿੰਦਾ ਹੈ ਪਿਤਾ ਹਮੇਸ਼ਾ ਕਹਿੰਦਾ ਹੈ ਚੰਗਾ ਬੱਚਾ ਬਣ ਬਿਲਕੁਲ ਤੇ ਬੱਚਾ ਅੰਦਰੋਂ ਕਹਿੰਦਾ ਚੰਗਾ ਪਿਤਾ ਬਣ ਬਿਲਕੁਲ ਪਰ ਕਹਿ ਨਹੀਂ ਸਕਦਾ ਕਿਉਂਕਿ ਬੱਚਾ ਹੈ ਕਹਿ ਨਹੀਂ ਸਕਦਾ ਹਾਂ ਬੱਚਾ ਉਹ ਪਿਤਾ ਹੈ ਕਹਿ ਸਕਦਾ ਹੈ ਬਿਲਕੁਲ ਸੁਪੜਾਈ ਲਿਖਾਈ ਦੀ ਤੁਸੀਂ ਬੜੀ ਸੋਹਣੀ ਗੱਲ ਕੀਤੀ ਹੈ ਕਿ ਜਿਸ ਤਰ੍ਹਾਂ ਖੂਬਸੂਰਤ ਸ਼ਬਦਾਂ ਦਾ ਪ੍ਰਯੋਗ ਹੋਇਆ ਹੈ ਪੜਾਈ ਲਿਖਾਈ ਤੋਂ ਇੱਕ ਗੱਲ ਚੇਤੇ ਆਉਂਦੀ ਹੈ ਕਿ ਇੱਕ ਬੱਚਾ ਬੈਠ ਕੇ ਇੱਕ ਪੁਸਤਕ ਪੜ ਰਿਹਾ ਹੈ ਕਿਤਾਬ ਪੜ ਰਿਹਾ ਹੈ ਤੇ ਮਾਵਾਪਿ ਕਿਤੋਂ ਆਏ ਨੇ ਹਾਂਜੀ ਮੁੰਨੂ ਕੀ ਕਰਦਾ ਹੂੰ ਪਾਪਾ ਮੈਂ ਕਿਤਾਬ ਪੜਦਾ ਪਿਆ ਅੱਛਾ ਕਿਹੜੀ ਕਿਤਾਬ ਪੜਦਾ ਪਿਆ ਬੱਚਿਆਂ ਦੀ ਪਰਵਰਿਸ਼ ਕਿਵੇਂ ਕਰੋ ਵਾਓ ਤੇ ਮਾਂ ਕਹਿੰਦੀ ਕੀ ਕਹਿੰਦਾ ਕਹਿੰਦਾ ਇਹ ਕਹਿੰਦਾ ਹੈ ਬੱਚਿਆਂ ਦੀ ਪਰਵਰਿਸ਼ ਕਿਵੇਂ ਕਰੋ ਇਹ ਕਿਤਾਬ ਪੜਦਾ ਪਿਆ ਕਹਿੰਦੇ ਮੰਨੂ ਤੂੰ ਤਾਂ ਛੋਟਾ ਜਿਹਾ ਹੈ ਤੈਨੂੰ ਇਹ ਕਿਤਾਬ ਪੜਨ ਦੀ ਕੀ ਲੋੜ ਪੈ ਗਈ ਕਿੰਨਾ ਮੈਂ ਇਹ ਦੇਖਣਾ ਚਾਹੁੰਨਾ ਕਿ ਤੁਸੀਂ ਦੋਵੇਂ ਮੇਰੀ ਪਰਵਰਿਸ਼ ਠੀਕ ਤਰੀਕੇ ਨਾਲ ਕਰਦੇ ਪਿਓ ਕਿ ਨਹੀਂ ਕਰਦੇ ਪਿਓ ਬਿਲਕੁਲ ਬਿਲਕੁਲ ਅੱਜ ਕੱਲ ਦੇ ਬੱਚੇ ਜਿਹੜੇ ਨੇ ਉਹ ਬਹੁਤ ਹੀ ਸਮਾਰਟ ਨੇ ਬਹੁਤ ਸਮਾਰਟ ਨੇ ਥੋੜੇ ਇਸੇ ਗੱਲ ਦੇ ਨਾਲ ਇੱਕ ਛੋਟੀ ਜੀ ਗੱਲ ਮੈਂ ਜੋੜਾਂਗੀ ਮੇਰਾ ਬੇਟਾ ਜਿਹੜਾ ਹੈ ਉਹ ਪਲੇਅਰ ਹੈ ਖਿਡਾਰੀ ਹੈ ਹైదరాబాద్ ਤੋਂ ਪ੍ਰੈਕਟਿਸ ਕਰਦਾ ਹੈ ਅੱਜ ਕੱਲ ਆਇਆ ਹੋਇਆ ਹੈ ਤਾਂ ਫਿਜ਼ਿਓ ਇੱਥੇ ਨਕੋਦਰ ਚੌਂਗ ਚ ਇੱਕ ਫਿਜ਼ਿਓ ਨੇ ਉਹਨਾਂ ਦੇ ਕੋਲ ਕੁਝ ਐਕਸਰਸਾਈਜ਼ ਵਾਸਤੇ ਮੈਂ ਉਹਨੂੰ ਲੈ ਕੇ ਜਾਂਦੀ ਹਾਂ ਪਰਸੋ ਦੀ ਗੱਲ ਹੈ ਮੈਂ ਉਸਨੂੰ ਦੱਸਿਆ ਵੀ ਮੈਂ ਇੱਕ ਮਾ ਬਾਲ ਮਨੋਵਿਗਿਆਨ ਜਿਹੜਾ ਟੌਪਿਕ ਹੈ ਉਸ ਤੇ ਮੈਂ ਗੱਲਬਾਤ ਕਰਨੀ ਹੈ ਵੀ ਤੂੰ 14 ਸਾਲ ਦਾ ਹੈ ਤੇਰੇ ਦੋਸਤ ਮਿੱਤਰ ਵੀ ਹਨ ਹਾਂਜੀ ਤਾਂ ਤੂੰ ਮੈਨੂੰ ਇਹ ਗੱਲ ਦੱਸ ਕਿ ਬੱਚੇ ਮਾਂ-ਬਾਪ ਤੋਂ ਕੀ ਚਾਹੁੰਦੇ ਹਨ ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕੀਤੀ ਵੀ ਬੱਚਾ ਪੜਦਾ ਇਹ ਪਿਆ ਕਿ ਮੇਰੇ ਮਾਂ-ਬਾਪ ਮੇਰੀ ਪਰਫਰਿਸ਼ ਸਹੀ ਢੰਗ ਨਾਲ ਕਰ ਵੀ ਰਹੀ ਹੈ ਕਿ ਨਹੀਂ ਤਾਂ ਮੇਰੇ ਬੱਚੇ ਨੇ ਬੜੇ ਹੀ ਹੱਸ ਕੇ ਮੇਰੇ ਵੱਲ ਵੇਖ ਕੇ ਪਿਆਰ ਦੇ ਨਾਲ ਕੀ ਜਵਾਬ ਦਿੱਤਾ ਕਿ ਮੈਂ ਜਾਂ ਮੇਰੇ ਦੋਸਤ ਅਸੀਂ ਨਾ ਸਿਰਫ ਇਹੀ ਚਾਹੁੰਦੇ ਹਾਂ ਕਿ ਬੱਚੇ ਕੋ ਜੀਣੇ ਦੋ ਯਾਰ ਅਰੇ ਪਾਪ ਬੱਚੇ ਨੂੰ ਜੋ ਉਹ ਸੁਪਨੇ ਲੈਣਾ ਚਾਹੁੰਦਾ ਹੈ ਜੋ ਉਹ ਕਰਨਾ ਚਾਹੁੰਦਾ ਹੈ ਜੋ ਰਿਸਕ ਲੈਣਾ ਚਾਹੁੰਦਾ ਹੈ ਉਸ ਨੂੰ ਜੋ ਪੜਨਾ ਲਿਖਣਾ ਚਾਹੁੰਦਾ ਹੈ ਜਿਹੜੀ ਉਡਾਰੀ ਭਰਨਾ ਚਾਹੁੰਦਾ ਹੈ ਉਸ ਨੂੰ ਉੱਡਣ ਦਿਓ ਉਸ ਨੂੰ ਉਹ ਕੰਮ ਕਰਨ ਦਿਓ ਸੋ ਬੱਚਾ ਮੋਬਾਈਲ ਵੀ ਇਸਤੇਮਾਲ ਕਰਦਾ ਹੈ ਕੰਪਿਊਟਰ ਵੀ ਇਸਤੇਮਾਲ ਕਰਦਾ ਹੈ ਤਰ੍ਹਾਂ ਤਰ੍ਹਾਂ ਦੇ ਸਬਜੈਕਟਸ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਸ਼ਿਆਂ ਦੇ ਵਿੱਚ ਦਿਲਚਸਪੀ ਲੈਂਦਾ ਹੈ ਖੇਡਣਾ ਵੀ ਚਾਹੁੰਦਾ ਹੈ ਪੜ੍ਹਨਾ ਵੀ ਚਾਹੁੰਦਾ ਹੈ ਬਹੁਤ ਕੁਝ ਕਰਨਾ ਚਾਹੁੰਦਾ ਹੈ ਉਹਨੂੰ ਸਭ ਕੁਝ ਕਰਨ ਦਿਓ ਪਰ ਨਿਗਰਾਨੀ ਵੀ ਰੱਖੋ ਕਿ ਕਿਤੇ ਗਲਤ ਰਾਹ ਤੇ ਨਾ ਪੈ ਜਾਵੇ ਬਿਲਕੁਲ ਬਿਲਕੁਲ ਤੇ ਨਿਗਰਾਨੀ ਦੀ ਇੱਕ ਗੱਲ ਕਰਾਂ ਸੰਜੀਵ ਜੀ ਜਿਹੜੀ ਨਿਗਰਾਨੀ ਮਾਪਿਆਂ ਦੀ ਹੈ ਨਾ ਉਹ ਜਿਹੜੇ ਸਾਡੇ ਮਾਪੇ ਹੁੰਦੇ ਸੀ ਹੈਨਾ ਹੂੰ ਸੋ ਉਹ ਜਨਰਲ ਤੌਰ ਤੇ ਜਿਹੜੀ ਨਿਗਰਾਨੀ ਸੀ ਨਾ ਇੱਥੋਂ ਕਰਦੇ ਸੀ ਸੋ ਜਦੋਂ ਵੀ ਬੱਚੇ ਨੂੰ ਫੜਦੇ ਸੀ ਤਾਂ ਗੱਲੋਂ ਫੜ ਲੈਂਦੇ ਸੀ ਅੱਜਕੱਲ ਜਿਹੜਾ ਬੱਚਾ ਹੈ ਉਸ ਨੂੰ ਅਸੀਂ ਗੱਲੋਂ ਨਹੀਂ ਫੜ ਸਕਦੇ ਤੇ ਫੜਨਾ ਚਾਹੀਦਾ ਵੀ ਨਹੀਂ ਹੈ ਬੱਚੇ ਦੀ ਨਿਗਰਾਨੀ ਦੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਬੱਚੇ ਦੀ ਨਿਗਰਾਨੀ ਉੱਪਰੋਂ ਹੋਣੀ ਚਾਹੀਦੀ ਹੈ ਸੋ ਮਾਪੇ ਜਿਹੜਾ ਹੈ ਉੱਪਰਲੇ ਤੌਰ ਤੋਂ ਮੇਰਾ ਬੱਚਾ ਕਿੱਥੇ ਜਾਂਦਾ ਹੈ ਕੀ ਕਰਦਾ ਹੈ ਕੀ ਹਰਕਤਾਂ ਕਰਦਾ ਹੈ ਕਿਸ ਤਰ੍ਹਾਂ ਦੀ ਕੰਪਨੀ ਹੈ ਦੋਸਤ ਮਿੱਤਰ ਹਨ ਕਿਸ ਤਰ੍ਹਾਂ ਦਾ ਕੰਟੈਂਟ ਪੜਦਾ ਹੈ ਉਸ ਸਭ ਦੀ ਜਿਹੜੀ ਨਿਗਰਾਨੀ ਹੈ ਉੱਪਰਲੇ ਤੌਰ ਤੇ ਇਸ ਨੂੰ ਕਰਨਾ ਮਾਪੇ ਦਾ ਪਹਿਲਾ ਫਰਚ ਹੈ ਮਤਲਬ ਮਾਂ ਬਾਪ ਨੂੰ ਸੀਸੀਟੀਵੀ ਕੈਮਰੇ ਵਾਗਸ ਉੱਤੋਂ ਦੇਖਾ ਚਾਹੀਦਾ ਹੈ ਬਿਲਕੁਲ ਸਹੀ ਜੀ ਸੀਸੀਟੀਵੀ ਕੈਮਰੇ ਵਾਂਗ ਜਿਹੜਾ ਹੈ ਇੱਕ ਮਾਂ ਬਾਪ ਦਾ ਹਰ ਵੇਲੇ ਜਿਹੜੀ ਹੈ ਉਹ ਨਿਗਰਾਨੀ ਬੱਚੇ ਦੇ ਉੱਤੇ ਹੋਣੀ ਚਾਹੀਦੀ ਹੈ ਪਰ ਬੱਚੇ ਨੂੰ ਸਫੋਗੇਸ਼ਨ ਜਿਹੜੀ ਇੱਕ ਘੁਟਨ ਜਿਹੜੀ ਹੈ ਉਹ ਤੁਹਾਡੀ ਨਿਗਰਾਨੀ ਨਾਲ ਮਹਿਸੂਸ ਨਹੀਂ ਹੋਣੀ ਚਾਹੀਦੀ। ਉਹਨੂੰ ਸਪੇਸ ਦਿਓ। ਸਪੇਸ ਦੇਣਾ ਚਾਹੀਦਾ ਹੈ। ਉਹ ਜੇ ਤੁਹਾਨੂੰ ਕਿਸੇ ਬੱਚੇ ਦੀ ਗੱਲ ਜਿਹੜੀ ਹੈ ਉਹ ਗਲਤ ਲੱਗੀ ਹੈ ਜਾਂ ਤੁਸੀਂ ਮੋਬਾਈਲ ਦੀ ਗੱਲ ਕੀਤੀ। ਮੰਨ ਲਓ ਕਿ ਮੇਰਾ ਬੱਚਾ ਜ਼ਿਆਦਾ ਮੋਬਾਈਲ ਯੂਜ਼ ਕਰਦਾ ਹੈ। ਪਹਿਲੇ ਤਾਂ ਤੁਸੀਂ ਬੱਚੇ ਨੂੰ ਮੋਬਾਈਲ ਤੋਂ ਲੈਪਟਾਪ ਤੇ ਸ਼ਿਫਟ ਕਰ ਸਕਦੇ ਹੋ ਕਿ ਸਕਰੀਨ ਵੱਡੀ ਹੋਏ ਜਾਏਗੀ ਆਂਦੇ ਜਾਂਦੇ ਤੁਹਾਨੂੰ ਪਤਾ ਚੱਲ ਜਾਏਗਾ ਬਟ ਜੇ ਮਾਪਬਪ ਦੀ ਪਹੁੰਚ ਵਿੱਚ ਹਰ ਬੱਚੇ ਨੂੰ ਲੈਪਟਾਪ ਲੈ ਕੇ ਦੇਣਾ ਨਹੀਂ ਹੈ ਤਾਂ ਮੋਬਾਈਲ ਤੇ ਬੱਚੇ ਸਕਰੀਨ ਲੋਕ ਲਗਾਉਂਦੇ ਨੇ ਸੋ ਜੇ ਤੁਹਾਨੂੰ ਤੁਹਾਡੇ ਬੱਚੇ ਦਾ ਸਕਰੀਨ ਲੋਕ ਪਤਾ ਪਤਾ ਹੈ ਵੀ ਕੀ ਲੋਕ ਲਗਾਇਆ ਹੈ ਤਾਂ ਟੈਨਸ਼ਨ ਦੀ ਲੋੜ ਹੀ ਨਹੀਂ ਹੈ ਤਾਂ ਕਦੀ ਕਤਾਰ ਤੁਸੀਂ ਉਸ ਬੱਚੇ ਦੀ ਜੇ ਹਿਸਟਰੀ ਚੈੱਕ ਕਰਦੇ ਹੋ ਜਾਂ ਆਪਾਂ ਗੱਲ ਕੀਤੀ ਕਿ ਨਿਗਰਾਨੀ ਕਰਦੇ ਵਕਤ ਬੱਚੇ ਦੀ ਕੋਈ ਗਲਤੀ ਫੜੀ ਜਾਂਦੀ ਹੈ ਤਾਂ ਉਸ ਦੀ ਗਲਤੀ ਤੇ ਉਸ ਨੂੰ ਸੁਨਾਣਾ ਨਹੀਂ ਹੈ ਉਸ ਦੀ ਗਲਤੀ ਨੂੰ ਮਨ ਵਿੱਚ ਰੱਖਣਾ ਹੈ ਜਦੋਂ ਬੱਚਾ ਤੁਹਾਡੇ ਨਾਲ ਬੈਠੇਗਾ ਕਾਰ ਵਿੱਚ ਕਿਤੇ ਜਾਏਗਾ ਤੁਹਾਡੇ ਨਾਲ ਲੇਟੇਗਾ ਉਸ ਟਾਈਮ ਦੇ ਉੱਤੇ ਕਹਾਣੀ ਦੇ ਰੂਪ ਦੇ ਵਿੱਚ ਉਸ ਗਲਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਬੱਚੇ ਨੂੰ ਤੁਸੀਂ ਗਾਈਡ ਕਰਨਾ ਹੈ ਬਿਲਕੁਲ ਗਾਈਡ ਕਰਨਾ ਹੈ ਔਰ ਤੁਸੀਂ ਸਾਡੇ ਦਰਸ਼ਕਾਂ ਨੂੰ ਸਾਡੇ ਸਾਰੇ ਘਰ ਬੈਠੇ ਮਹਿਮਾਨ ਜੋ ਸਾਡੇ ਬਿਲਕੁਲ ਮੌਜੂਦ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਨੂੰ ਗਾਈਡ ਕਰੋ ਕਿ ਭਾਵਨਾਵਾਂ ਦਾ ਇਹ ਸੰਸਾਰ ਹੈ ਭਾਵਨਾਵਾਂ ਦਾ ਖਿਆਲ ਕਿਸਾ ਰੱਖੀਏ ਕਿ ਬੱਚਿਆਂ ਦੀਆਂ ਭਾਵਨਾਵਾਂ ਨੂੰ ਕਿਤੇ ਕੋਈ ਝੋਟ ਨਾ ਪਹੁੰਚੇ ਬਾਲ ਮਨ ਨੂੰ ਬਿਲਕੁਲ ਭਾਵਨਾ ਜਿਹੜੀ ਹੈ ਉਹ ਉਸਦੀ ਲੋੜ ਤੁਹਾਨੂੰ ਵੀ ਹੈ ਮੈਨੂੰ ਵੀ ਹੈ ਸੋ ਬੱਚਾ ਜਿਹੜਾ ਹੈ ਉਹ ਇੱਕ ਕੱਚੀ ਸਲੇਟ ਹੈ ਉਹ ਇੱਕ ਗਿੱਲਾ ਸੀਮਿੰਟ ਹੈ ਉਸਤੇ ਜੋ ਅਸੀਂ ਛਾਪ ਦਵਾਂਗੇ ਉਹੀ ਛਪ ਜਾਏਗਾ ਸੋ ਭਾਵਨਾ ਦੀ ਗੱਲ ਮੈਂ ਇੱਕ ਕੱਪ ਦੇ ਰੂਪ ਵਿੱਚ ਕਰਦੀ ਹਾਂ ਬਿਲਕੁਲ ਛੋਟੀ ਜੀ ਗੱਲ ਹਾਂ ਛੋਟੀ ਜੀ ਗੱਲ ਕਿ ਬੱਚੇ ਦੇ ਕੋਲ ਇੱਕ ਕੱਪ ਹੈ ਉਸ ਕੱਪ ਦਾ ਨਾਮ ਹੈ ਭਾਵਨਾ ਕੱਪ ਭਾਵਨਾਤਮਕ ਕੱਪ ਸੋ ਜੇ ਉਹ ਕੱਪ ਬੱਚੇ ਦਾ ਭਰਿਆ ਰਹਿਣਾ ਚਾਹੀਦਾ ਹੈ ਮੈਂ ਉਸ ਨੂੰ ਪਿਆਰ ਦੇ ਸ਼ਬਦ ਬੋਲਦੀ ਹਾਂ ਮੈਂ ਉਸ ਦਾ ਸਤਿਕਾਰ ਕਰਦੀ ਹਾਂ ਮੈਂ ਉਸ ਨੂੰ ਪੁਛਕਾਰਦੀ ਹਾਂ ਉਸ ਦੀ ਹੌਸਲਾ ਫਜ਼ਾਈ ਕਰਦੀ ਹਾਂ ਉਸ ਨੂੰ ਸਮਾਂ ਦਿੰਨੀ ਹਾਂ ਆਪਣੀ ਛੂਹ ਦਿੰਨੀ ਹਾਂ ਉਸ ਬੱਚੇ ਦੇ ਹਰ ਕੰਮ ਵਿੱਚ ਹਿੱਸਾ ਬਣਦੀ ਹਾਂ ਉਸ ਦੀ ਜ਼ਿੰਦਗੀ ਦਾ ਹਿੱਸਾ ਬਣਦੀ ਹਾਂ ਜਦੋਂ ਵੀ ਬੱਚਾ ਉਹ ਜਿਹੜਾ ਜਿਹੜਾ ਕਾਰਜ ਵੀ ਕਰਦਾ ਹੈ ਮੈਂ ਉਸ ਦੇ ਪਿੱਛੇ ਉਸ ਨੂੰ ਥਾਪੜੀ ਦਿੰਨੀ ਹਾਂ ਸ਼ਾਬਾਸ਼ ਦਿੰਨੀ ਹਾਂ ਤਾਂ ਉਹ ਕੱਪ ਜਿਹੜਾ ਹੈ ਉਹ ਭਰਿਆ ਰਹੇਗਾ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਵਿਚਾਰ ਸਾਡੇ ਮਨਾਂ ਦੇ ਵਿੱਚ ਭਰੇ ਰਹਿਣਗੇ ਔਰ ਅਸੀਂ ਹਮੇਸ਼ਾ ਆਪਣੇ ਬੱਚਿਆਂ ਨੂੰ ਇਹੀ ਸੁਨੇਹਾ ਦੇਵਾਂਗੇ ਕਿ ਹਮੇਸ਼ਾ ਮਾਂ-ਬਾਪ ਨਾਲ ਪਿਆਰ ਕਰੋ ਤੇ ਮਾਂ-ਬਾਪ ਦੇ ਵਾਸਤੇ ਜ਼ਰੂਰੀ ਹੈ ਕਿ ਬੱਚੇ ਨੂੰ ਨਾ ਛਾਤੀ ਨਾਲ ਲਾਇਆ ਕਰੋ ਗਲ ਬੱਕੜੀ ਵਿੱਚ ਲਾਇਆ ਕਰੋ ਉਹ ਇਹੀ ਚਾਹੁੰਦਾ ਹੈ ਬਹੁਤ-ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਨਾਲ ਜੁੜੇ ਰਹੇ ਤੁਹਾਡਾ ਵੀ ਸ਼ੁਕਰੀਆ ਧੰਨਵਾਦ